ਇਹ ਤਸਵੀਰਾਂ ਸ਼ਹਿਰ ਮਲੇਰਕੋਟਲੇ ਦੀਆਂ ਨੇ ਜਿੱਥੇ ਨੌਜਵਾਨ ਮੁੰਡਿਆਂ ਦੀ ਰੌਣਕ 'ਚ ਇਹ ਬਜ਼ੁਰਗ ਜੋੜਾ ਕਾਫੀ ਖੁਸ਼ ਨਜ਼ਰ ਆ ਰਿਹਾ। ਹੋਵੇ ਵੀ ਕਿਉਂ ਨਾ, ਇਹਨਾਂ ਦਾ ਬੇਟਾ ਮੁਹੰਮਦ ਨਦੀਮ, ਜਿਸਨੇ ਸ਼ਹਿਰ 'ਚ ਇੱਕ ਛੋਟੀ ਜਿਹੀ ਮੋਬਾਈਲ ਰਿਪੇਅਰ ਕਰਨ ਦਾ ਕੰਮ ਸ਼ੁਰੂ ਕੀਤਾ ਸੀ, ਹੁਣ ਇੱਕ ਵੱਡੇ ਮੋਬਾਈਲ ਵੇਚਣ ਵਾਲੇ ਸ਼ੋਰੂਮ ਦਾ ਮਾਲਕ ਜੋ ਬਣ ਗਿਆ। ਹੁਣ ਤੁਸੀਂ ਸੋਚਦੇ ਹੋਵੋਗੇ ਕਿ ਭਲਾ ਇਸ 'ਚ ਨਵੀਂ ਕੀ ਗੱਲ ਹੈ। ਹਰੇਕ ਮਾਪੇ ਆਪਣੇ ਬੱਚੇ ਦੀ ਕਾਮਯਾਬੀ ਤੋਂ ਬਾਅਦ ਖੁਸ਼ ਹੀ ਹੁੰਦੇ ਨੇ, ਪਰ ਜ਼ਰਾ ਆਪਣੇ ਸੋਚ ਦੇ ਘੋੜਿਆਂ ਨੂੰ ਇੱਥੇ ਹੀ ਲਗਾਮ ਦਿਓ ਅਤੇ ਇਹ ਦ੍ਰਿਸ਼ ਦੇਖੋ। ਕੁਝ ਸਮਝ ਆਇਆ? ਜੀ ਹਾਂ, ਤੁਸੀਂ ਬਿਲਕੁਲ ਠੀਕ ਸੋਚ ਰਹੇ ਹੋ। ਅਸਲ 'ਚ ਮੁਹੰਮਦ ਨਦੀਮ ਨਾਂ ਦੇ ਇਸ ਨੌਜਵਾਨ ਦੀ ਸੋਚ ਦੀ ਪੂਰੇ ਸ਼ਹਿਰ ਮਲੇਰਕੋਟਲਾ 'ਚ ਇਸ ਵੇਲੇ ਖੂਬ ਚਰਚਾ ਹੋ ਰਹੀ ਹੈ, ਕਿਉਂਕਿ ਮੁਹੰਮਦ ਨਦੀਮ ਨੇ ਆਪਣੀ ਨਵੀਂ ਜ਼ਿੰਦਗੀ ਅਤੇ ਕਾਰੋਬਾਰ ਦੀ ਸ਼ੁਰੂਆਤ ਕਿਸੇ ਸਿਆਸੀ, ਧਾਰਮਿਕ ਜਾਂ ਸੋਸ਼ਲ ਵਰਕਰ ਤੋਂ ਰਿਬਨ ਕਟਾ ਕੇ ਨਹੀਂ, ਸਗੋਂ ਆਪਣੇ ਮੋਬਾਈਲਾਂ ਦੇ ਨਵੇਂ ਕਾਰੋਬਾਰ ਦੀ ਸ਼ੁਰੂਆਤ ਆਪਣੇ ਮਾਪਿਆਂ ਤੋਂ ਰਿਬਨ ਕੱਟ ਕੇ ਕਰਵਾਈ ਅਤੇ ਮੌਕੇ 'ਤੇ ਦ੍ਰਿਸ਼ ਦੇਖ ਕੇ ਆਏ ਹੋਏ ਮਹਿਮਾਨ ਕਾਫੀ ਭਾਵੁਕ ਹੋ ਗਏ। ਪਹਿਲਾਂ ਮੇਰਾ ਸਾਰਿਆਂ ਨੂੰ ਸਲਾਮ, ਸਤਿ ਸ਼੍ਰੀ ਅਕਾਲ, ਨਮਸਤੇ ਸਰ। ਮੇਰੀ ਸਰ ਸੋਚ ਇਹ ਹੈ ਵੀ ਦੇਖੋ, ਮੈਂ ਚਾਹੁੰਦਾ ਵੀ ਜਿਹੜੇ ਅੱਜ ਦੇ ਸਮੇਂ ਦੇ ਵਿੱਚ ਸਭ ਕੁਝ ਤੁਹਾਡੇ ਪੇਰੈਂਟਸ ਨੇ, ਤੁਹਾਡੇ ਜਿਹੜੇ ਮਾਂ ਬਾਪ ਨੇ, ਉਹ ਸਭ ਤੋਂ ਬੜੀ ਦੌਲਤ ਹੈ। ਇਹਨਾਂ ਦੇ ਉੱਪਰ ਕੋਈ ਦੌਲਤ ਨਹੀਂ ਹੈਗੀ। ਇਸ ਕਰਕੇ ਕੋਈ ਲੀਡਰ ਜਾਂ ਕਿਸੇ ਨੂੰ ਵੀ ਮੈਂ ਕਿਸੇ ਵੀ ਕਿਸਮ ਦੀ ਕੋਈ ਤਰਜੀਹ ਨਹੀਂ ਦਿੰਦਾ। ਆਪਣੇ ਪੇਰੈਂਟਸ ਤੋਂ ਵੱਧ ਕੇ ਮੇਰੇ ਲਈ ਕੋਈ ਚੀਜ਼ ਨਹੀਂ। ਇਸ ਕਰਕੇ ਸਰ ਮੇਰੀ ਇਹ ਦਿਲੋਂ ਖਵਾਹਿਸ਼ ਸੀ ਕਿ ਮੈਂ ਜਿਹੜਾ ਸ਼ੋਰੂਮ ਦਾ ਉਦਘਾਟਨ ਹੈ ਸਰ, ਮੈਂ ਆਪਣੇ ਪੇਰੈਂਟਸ ਤੋਂ ਕਰਾਵਾਂ। ਕਿਸ ਚੀਜ਼ ਦਾ ਸ਼ੋਰੂਮ ਸਰ? ਉਰੇ ਆਪਾਂ ਮੋਬਾਈਲ ਪਰ ਆਪਣੀ ਸ਼ੋਪ ਹੈ ਆਪਣੀ, ਉੱਧਰ ਛੋਟੀ ਜਿਹੀ ਇੱਕ ਸ਼ੋਪ ਤੋਂ ਅੱਲਾ ਨੇ ਮੈਨੂੰ ਹਿੰਮਤ ਦਿੱਤੀ ਔਰ ਮੈਂ ਵੱਡੇ ਸ਼ੋਰੂਮ ਨੂੰ ਉਹਦੇ ਵਿੱਚ ਕਨਵਰਟ ਕੀਤਾ। ਅੱਲਾ ਦਾ ਬਹੁਤ ਬੜਾ ਅਹਿਸਾਨ ਹੈ ਔਰ ਮੇਰੀ ਮਾਂ ਦੀ, ਮੇਰੇ ਮਾਂ ਬਾਪ ਦੀ ਬਹੁਤ ਦੁਆ ਹੈ ਜੀ ਇਸ ਦੇ ਵਿੱਚ, ਅਤੇ ਮੇਰੇ ਸਰ ਜਿਨ੍ਹਾਂ ਨੇ ਮੈਨੂੰ ਮਤਲਬ ਚੱਲਣਾ ਸਿਖਾਇਆ, ਜਿਨ੍ਹਾਂ ਤੋਂ ਮੈਂ ਕੰਮ ਸਿੱਖਿਆ ਔਰ ਆਪਣੀ ਮਿਹਨਤ ਔਰ ਇਹਨਾਂ ਦੇ ਸਪੋਰਟ ਦੇ ਨਾਲ ਅੱਜ ਅੱਲਾ ਨੇ ਮੈਨੂੰ ਇਹ ਮੁਕਾਮ ਦਿੱਤਾ, ਤਾਂ ਮੈਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਮੇਰੇ ਮਾਂ ਦੀ ਦੁਆਵਾਂ ਦਾ ਔਰ ਡੈਡੀ ਦੇ, ਮੇਰੇ ਜਿਹੜੇ ਇਹਨਾਂ ਨੇ ਮੇਰੇ ਲਈ ਕੀਤਾ ਔਰ ਸਰ ਦਾ ਮੈਂ ਬਹੁਤ ਧੰਨਵਾਦੀ ਹਾਂ ਜਿਹੜਾ ਮੈਂ ਇਸ ਮੁਕਾਮ 'ਤੇ ਪਹੁੰਚਿਆ। ਸੋ ਨਦੀਮ ਸਾਹਿਬ, ਅੱਜ ਕੱਲ੍ਹ ਜਿਹੜੇ ਹਾਲਾਤ ਨੇ ਮਾਪਿਆਂ ਦੇ, ਘਰਾਂ ਦੇ ਵਿੱਚ ਕੋਈ ਬਹੁਤ ਹੀ ਜ਼ਿਆਦਾ ਵਧੀਆ ਨਹੀਂ ਹੈ ਜੀ, ਲੋਕਾਂ ਨੂੰ ਕੀ ਸੁਨੇਹਾ? ਸਰ ਮੇਰਾ ਉਹਨਾਂ ਲਈ ਇਹੀ ਸੁਨੇਹਾ ਹੈ ਕਿ ਜਿਹੜੀ ਮਾਂ ਬਾਪ ਨੇ ਉਹ ਨਹੀਂ ਮਿਲਦੇ, ਮਾਂ ਬਾਪ ਤੋਂ ਬੜੀ ਕੋਈ ਚੀਜ਼ ਨਹੀਂ। ਇਸ ਕਰਕੇ ਆਪਣੇ ਮਾਂ ਬਾਪ ਦਾ ਆਦਰ ਔਰ ਸਤਿਕਾਰ ਦੁਨੀਆ ਦਾ ਸਭ ਤੋਂ, ਮੇਰਾ ਮੰਨਣਾ ਕਿ ਸਭ ਤੋਂ ਬੜਾ ਧਰਮ ਹੈ, ਸਭ ਤੋਂ ਬੜਾ ਤੁਹਾਡਾ ਆਦਰਸ਼ ਹੈ। ਆਪਣੇ ਮਾਂ ਬਾਪ ਦੀ ਜਿਹੜੀ ਦੁਆ ਹੈ ਨਾ, ਇਸ ਤੋਂ ਬੜੀ ਕੋਈ ਚੀਜ਼ ਨਹੀਂ ਔਰ ਇਹਨਾਂ ਦਾ ਹਮੇਸ਼ਾ ਰਿਸਪੈਕਟ ਕਰੋ, ਆਦਰ ਕਰੋ। ਮਾਂ ਬਾਪ ਨਹੀਂ ਮਿਲਦੇ, ਮਾਪੇ ਕਦੇ ਨਹੀਂ ਮਿਲਦੇ। ਉੱਧਰ ਆਪਣੇ ਬੇਟੇ ਕੋਲੋਂ ਮਿਲੇ ਇੰਨੇ ਵੱਡੇ ਪਿਆਰ ਤੋਂ ਬਾਅਦ ਦੋਵੇਂ ਬਜ਼ੁਰਗ ਮਾਪੇ ਆਪਣੇ ਬੇਟੇ ਦੀ ਤਰੱਕੀ ਦੀਆਂ ਦੁਆਵਾਂ ਮੰਗਦੇ ਨਹੀਂ ਥੱਕ ਰਹੇ। ਨਦੀਮ ਦੇ ਪਿਤਾ ਨੇ ਕਿਹਾ ਕਿ ਉਹਨਾਂ ਹਮੇਸ਼ਾ ਹੀ ਆਪਣੀ ਸਾਰੀ ਔਲਾਦ ਨੂੰ ਨੇਕ ਅਤੇ ਇਮਾਨਦਾਰੀ ਦੀ ਕਮਾਈ ਕਰਨ ਦੀ ਸਿੱਖਿਆ ਦਿੱਤੀ ਹੈ, ਜਿਸ ਦਾ ਨਤੀਜਾ ਅਜੇ ਹੋਇਆ ਕਿ ਉਸਦੇ ਬੇਟੇ ਮੁਹੰਮਦ ਨਦੀਮ ਨੇ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ 'ਚ ਉਹਨਾਂ ਨੂੰ ਸ਼ਾਮਿਲ ਕੀਤਾ ਹੈ। ਬੱਚੇ ਬਹੁਤ ਇੱਜ਼ਤ ਕਰਦੇ ਆ ਜੀ ਸਾਡੀ, ਬਹੁਤ ਵਧੀਆ ਮਾਂ ਬਾਪ ਦੀ ਸੋਚ ਇਹਨਾਂ ਦੀ ਬਹੁਤ ਵਧੀਆ, ਤਾਂ ਕਿ ਜਿਹੜੀ ਇਹਨਾਂ ਨੇ ਗੱਲ ਕਹੀ ਵੀ ਇੱਦੋਂ ਉੱਪਰ ਕੋਈ ਚੀਜ਼ ਹੋ ਨਹੀਂ ਸਕਦੀ, ਸਮਝ ਗਏ। ਬਾਕੀ ਮੈਨੇ ਇਹਨਾਂ ਨੂੰ, ਬੱਚਿਆਂ ਨੂੰ ਬੜੇ ਸ਼ੌਕ ਨਾਲ ਪਾਲਿਆ ਸੀ, ਬੜੇ ਸ਼ੌਕ ਨਾਲ ਉਹ ਕਰਿਆ, ਸਮਝ ਗਏ। ਵਧੀਆ ਇਹਨਾਂ ਨੂੰ ਖਿਲਾਇਆ ਤਾ, ਇਮਾਨਦਾਰੀ ਦਾ ਖਿਲਾਇਆ ਤਾ, ਅੱਜ ਅੱਲਾਹ ਤਾਲਾ ਨੇ ਇਹਨਾਂ ਨੂੰ ਇਸ ਬੁਲੰਦੀ ਦੇ ਉੱਪਰ ਲਿਆਂਦਾ। ਅੱਲਾ ਨੇ ਉਹੋ ਜਿਹਾ, ਅੱਲਾ ਤਾਲਾ ਨੇ ਹੁਣ ਮੈਨੂੰ ਵੀ ਸੁੱਖ ਦੇ ਦਿੱਤਾ ਇਹਨਾਂ ਦੇ ਸਿਰ 'ਤੇ। ਯਾਨੀ ਕਿ ਬਹੁਤ ਹੀ ਵਧੀਆ ਬੱਚੇ ਆ ਮੇਰੇ ਤਿੰਨੇ, ਅੱਲਾ ਤਾਲਾ ਨੇ ਬਹੁਤ ਹੀ ਸੁਣੀ ਹੋਈ ਆ ਇਸ ਟਾਈਮ। ਹਾਂਜੀ, ਮਿਹਨਤ ਮਸ਼ਕਤ ਕਰਕੇ ਪੁੱਤ, ਕਿਸੇ ਦਾ ਕੋਈ ਦੱਬਣਾ ਨਹੀਂ, ਆਪਣੀ ਮਿਹਨਤ ਕਰਨੀ ਹੈ, ਕਿਸੇ ਤੋਂ ਕੁਛ ਲੈਣਾ ਨਹੀਂ, ਬਸ ਆਪਣੀ ਮਿਹਨਤ ਕਰਕੇ ਉੱਪਰ ਜਾਓ। ਬਹੁਤ ਵਧੀਆ ਹੈ, ਬਸ ਲੈਣੇ ਕਰਤਾ। ਕਰ ਕਿੰਨੀ ਕੁ ਖੁਸ਼ੀ ਹੈ? ਖੁਸ਼ੀ ਤਾਂ ਬਹੁਤ ਹੈ।
अपने मापिया के नाल नाल नदीम ने इस मौके अपने उस्ताद नवीद होरा नू भी खास तौर ते बुला के सन्मानित किया। इस मौके आए मेहमान मोबाइल शोरूम का उद्घाटन मापिया हथों करवाण वाले नदीम की तारीफ करते भावुक हो गए। बहुत ही ज़्यादा खुशी होंगी जो आप किसी को काम सिखाने तो जो तरक्की करता है, मतलब मैंने नदीम जी ने अच्छ 9 बजे बुलाया से, मैं 8 बजे आ गया से। मैं इन्हों तो भी ज़्यादा खुशी सी कि ये दुकान की ओपनिंग कर रहे हैं। बाकी ये शुरू तो ही बहुत बहुत मेहनती सके, एक बार इन्होंने दसन की चीज़ पैंती से बहुत ज़्यादा मेहनत करते थे, तो इन्हों की मेहनत अज रंग लैके आई है। बाकी इन्हें संस्कार इन्हें माँ बाप ने दसिया है, बहुत जबरदस्त संस्कार दिते है, सारे ना मानदारी ना काम कर रहे हैं, उही इन्हों परमात्मा ने अगे तरक्की बख्शी है। मैं चाहता इन्हों होर ज़्यादा तरक्की मिले, तो मेरी यही अगे लोगों वास्ते नसीहत है कि अपने माँ प्यो की कदर करो, नशा तो दूर रहो तो काम वाले पास ध्यान दो। नदीम साहब की जो पंजाब मोबाइल गेट नाम से शॉप है, वो ओपनिंग सैरेमनी से असी बहुत जगह गए जिथे ओपनिंग होंगी है, पर इतने का माहौल बड़ा अलग सगा क्योंकि नदीम साहब ने अपनी मदर और फादर साहब तो उद्घाटन करवाया। इस्लाम के साफ तौर पर कहा गया कि माँ के पैरों तले जन्नत है और बाप उसका रास्ता है, यानी कि कुंजी है, चाबी है। ये चीज़ में देख के जो फीलिंग मैं महसूस हुई है, मैं तुम्हें बयान नहीं कर सकता, मैं इमोशनल हो गया इस चीज़ को देख के। होर लोगों की गल करिए मैं देखिए कि बड़े बड़े मंत्री लीडर साहबान या ऑफिसर साहबान तो उद्घाटन करवाने, पर साढ़े भाई ने अज ये एक कीर्तिमान ही कह सकते हैं जो आप ये किया है, क्योंकि माँ हमेशा अपने बच्चों की दुआ करती है। इन्हों सक्सैसफुल का कारण ही यही है कि माँ हर टाइम दुआ करती है, बाप हर टाइम दुआ करता, तो मैं बड़ी खुशी हुई अज इन्हों मोबाइल शॉप पर पहुँच के, और मैं उम्मीद करदा कि इन्हों अल्लाह पाक बहुत ज़्यादा तरक्की देंगे आने वाले टाइम के। देखो जी, सानू बहुत ज़्यादा खुशी है, बाबू जी होनी मेरे भरा ने, ये साढ़े भतीजे ने, यह जी पिरत पाई है ये बहुत ही वधिया है। असी नहीं आपके माँ बाप को कोई पुछता नहीं कितने बैठे होंगे है, तो कोई चीफ गैसट बना के उन्हों तो एवं बिना मतलब उन्होंने आओ भगती करी जानी, माँ बाप को पुछना ना, ये जी पिरत पाई है बहुत ही वधिया, ये सवाब मिलेगा। और सानू खुशी है कि एक ईमानदारी की दुकान मलेरकोट ओपन हुई है, लोगों को फैसिलिटी है, सहूलत मिलो। ये मोबाइल रिपेयर जी, मोबाइल नवे बेचणगे, रिपेयर करनगे, इस करके एसी दी स्पेशल लोड सी, ईमानदारी दुकान दी लोड सी, ये सानू एक स्पेशल फैसिलिटी मिल रही है। सो शहर के मशहूर राज दे बाग च खुले इस मोबाइल शोरूम का उद्घाटन अपने मापिया हथों करवा के मुहम्मद नदीम जिथे पूरे शहर च चर्चा च आ गया, उथे हुण देखण वाली गल ए रहेगी कि कौन कौन मुहम्मद नदीम दी सोच नू आउण वाले दिनां च सर अंजाम दिंदे ने अते इस पिरत नू अगे वधाउंदे ने। हकीकत टीवी पंजाबी लई मलेरकोटला तो ब्यूरो रिपोर्ट।